ਹਨੋ ਪਰ ਮੁੱਕਿਆ ਨਹੀਂ ਮਣ ਅੰਮ੍ਰਿਤ ਪਾਲ ਆਇਆ ਰੁਕਿਆ ਨਹੀਂ ਤੈਨੂੰ ਕੱਲੇ ਕੱਲੇ ਸਿਰ ਵਿੱਚੋਂ ਦੀਪ ਦਿਸੂਗਾ सत श्री अकाल की हाल चाल ने सारे ठीक ठाक हो गए। अज आप जी रिएक्शन वीडियो लैके आए हैं वह सौग वारिस पंजाब दे आया एक तो उत्ते करते हैं सौग ये सौग दीप लिहाल बाई का। तो वीडियो शुरू तो लैके एंड तक जरूर देखियो तो लिंक डिस्क्रिप्शन है जाके जरूर चैकआउट करो तो बाकी गल आप बात करते पहले देखते हैं सौग ਜਿੱਥੇ ਆਹ ਸੋਚ ਬੈਠੀ ਆ ਸ਼ੁਰੂ ਫਿਰ ਆਪਾਂ ਸੰਤਾਂ ਤੋਂ ਹੀ ਕਰਦੇ ਆ ਸਾਡੇ ਮਹਾਨ ਸਿੰਘ ਭਿੰਡਰਾਂ ਵਾਲੇ ਸਾਡੇ ਮਹਾਨ ਸ਼ਹੀਦ ਉਹ ਗੱਲ ਸੰਤਾਂ ਤੋਂ ਸ਼ੁਰੂ ਤੇ ਸੰਤਾਂ ਉੱਤੇ ਮੁੱਕਦੀ ਦੀਪ ਸਿੱਧੂ ਹੈ ਜਜਾਰੂ ਮੋਢੀ ਜਥੇ ਬੰਦੀ ਦਾ ਗੱਲ ਹੱਕ ਅਤੇ ਸੱਚ ਦੀ ਜੋ ਕਰੇ ਡਟ ਕੇ ਚਾਹੇ ਮਿਲੇ ਨਾ ਵਿਚਾਰ ਤਾਂ ਵੀ ਨਹੀਂ ਉਹ ਭੰਡੀ ਦਾ ਅਜੇ ਤੱਕ ਯਾਰ ਇਹ ਗੱਲ ਤੇ ਮੰਨਣੀ ਪਊਗੀ ਬਾਈ ਨੇ ਬਹੁਤ ਘੈਂਟ ਗੱਲ ਲਿਖੀ ਕਿ ਜੇ ਵਿਚਾਰ ਨਹੀਂ ਰਲਦੇ ਨਾ ਆਪਣੇ ਤੇ ਬਿਨਾਂ ਗੱਲ ਤੋਂ ਭੰਡਣਾ ਨਹੀਂ ਚਾਹੀਦਾ ਕਿਉਂਕਿ ਉਹ ਸਿੱਖ ਕੌਮ ਦੇ ਕੁਝ ਪ੍ਰਚਾਰ ਕਰ ਰਿਹਾ ਮਤਲਬ ਅੱਜ ਕੱਲ੍ਹ ਭੰਡਣ ਵਾਲੇ ਜ਼ਿਆਦਾ ਵਾ ਅਤੇ ਇਕੱਠੇ ਕਰਨ ਵਾਲੇ ਘੱਟ ਆ ਹਰ ਕੋਈ ਬੰਦਾ ਭੰਡਣ 'ਤੇ ਲੱਗਾ ਦੀਪ ਸਿੱਧੂ ਬਾਈ ਨੂੰ ਲਾ ਲਓ ਜਾਂ ਅੰਮ੍ਰਿਤਪਾਲ ਨੂੰ ਲਾ ਲਓ ਜਾਂ ਸੰਤਾਂ ਨੂੰ ਲਾ ਲਓ ਉਹ ਚਾਹੁੰਦੇ ਸੀ ਭੰਡ ਕੇ ਆਪਣਾ ਨਾਂ ਬਣਾ ਲਈਏ ਉਹ ਆਪਣੀ ਸਿੱਖ ਕੌਮ ਨੂੰ ਕਿੱਦਾਂ ਅੱਗੇ ਲੈ ਕੇ ਜਾਵਾਂਗੇ ਜਦੋਂ ਆਪਾਂ ਆਪਣਿਆਂ ਨੂੰ ਭੰਡੀ ਜਾਵਾਂਗੇ ਬਹੁਤ ਘੈਂਟ ਬਾਈ ਨੇ ਗੱਲ ਲਿਖੀ ਬਣੀ ਨਾ ਕੋਈ ਜੇਲ ਤੇਰੇ ਤੋਂ ਹਾਏ ਹਾਏ ਸੱਚ ਨੂੰ ਸਦਾ ਦੇ ਲਈ ਟੱਕ ਲੈਣ ਨੂੰ ਉਹ ਵਾਰਸ ਪੰਜਾਬ ਦੇ ਆ ਗਏ ਦਿੱਲੀਏ ਤੇਰੀ ਧੌਣੀ ਉੱਤੇ ਗੋਡਾ ਤਾਰ ਹੱਕ ਲੈਣ ਨੂੰ ਕੀ ਬਾਤ ਹੈ ਉਹ ਵਾਰਸ ਪੰਜਾਬ ਦੇ ਆ ਗਏ ਦਿੱਲੀਏ ਤੇਰੀ ਧੌਣੀ ਉੱਤੇ ਗੋਡਾ ਤਾਰ ਹੱਕ ਲੈਣ ਨੂੰ ਦਿਲ ਇੱਕ ਨਾ ਉਹ ਮੈਨੂੰ ਨਾਂ ਨਹੀਂ ਚੇਤਾ ਰਿਹਾ ਇੱਕ ਬੰਦਾ ਵਾ ਉਹ ਬੜਾ ਮਤਲਬ ਕਦੋਂ ਦਿੱਲੀ ਨੱਪੀ ਕਦੋਂ ਉਹਨੂੰ ਇਤਿਹਾਸ ਪੜ੍ਹਨਾ ਚਾਹੀਦਾ ਸਿੱਖ ਕੌਮ ਦਾ ਕਿ ਇਤਿਹਾਸ ਕੀ ਰਿਹਾ ਵਾ ਅਤੇ ਸੱਚੀ ਵਾਰਸ ਪੰਜਾਬ ਦੇ ਥੋੜ੍ਹੇ ਕੁ ਚਿਰ 'ਚ ਹੀ ਜਿੰਨਾ ਚਿਰ ਮਤਲਬ ਆਪਾਂ ਅੰਮ੍ਰਿਤਪਾਲ ਸਿੰਘ ਜੀ ਨੇ ਹਾਲੇ ਕਿੰਨੇ ਕੁ ਦਿਨ ਪ੍ਰਚਾਰ ਕੀਤਾ ਸੀ ਉਹਨੂੰ ਚੁੱਕ ਕੇ ਇਹਨਾਂ ਨੇ ਜੇਲ੍ਹ 'ਚ ਸੁੱਟਤਾ ਨਹੀਂ ਤਾਂ ਪਤਾ ਤਾਂ ਲੱਗ ਜਾਣਾ ਸੀ ਹੁਣ ਉਹਨੂੰ ਵੀ ਪਤਾ ਸੀ ਨਾ ਆਪਣੇ ਭਗਵੰਤ ਮਾਨ ਨੂੰ ਵੀ ਕੀ ਹੋਣਾ ਤਾਂ ਕਰਕੇ ਦਵਾ ਦਬ ਨੂੰ ਇਹੋ ਜਿਹੀ ਜਗ੍ਹਾ ਵਿਚਾਰਿਆਂ ਨੂੰ ਘੱਲਿਆ ਕਿ ਜਿੱਥੇ ਲੋਕ ਮਿਲਣ ਨਾ ਜਾ ਸਕਣ ਸਾਡੀਆਂ ਹੀ ਸਰਕਾਰਾਂ ਸਾਨੂੰ ਨੱਪਣ 'ਤੇ ਲੱਗੀਆਂ ਦੂਜਿਆਂ ਨੇ ਤਾਂ ਸਾਨੂੰ ਚਲੋ ਨੱਪਣਾ ਹੀ ਦੱਪਣਾ ਮਤਲਬ ਉਹੀ ਨਾ ਸਿੱਖ ਸਿੱਖ ਦਾ ਹੀ ਵੈਰੀ ਬਣਿਆ ਫਿਰਦਾ ਇੱਥੇ ਹਨੋ ਪਰ ਮੁੱਕਿਆ ਨਹੀਂ ਪਰ ਅੰਮ੍ਰਿਤ ਪਾਲ ਆਇਆ ਰੁਕਿਆ ਨਹੀਂ ਤੈਨੂੰ ਕੱਲੇ ਕੱਲੇ ਸਿਰ ਵਿੱਚੋਂ ਦੀਪ ਦਿਸੂਗਾ ਜਿਹੜਾ ਸਿਸਟਮ ਅੱਗੇ ਕਦੇ ਚੁੱਕਿਆ ਨਹੀਂ ਉਹ ਅਜੇ ਰੱਖੇ ਹਥਿਆਰ ਨੀ ਚਲਾਉਣੇ ਭੁੱਲ ਗਏ ਕਿਤੇ ਕਰੀ ਮਜਬੂਰ ਨਾ ਤੂੰ ਚੱਕ ਲੈਣ ਨੂੰ ਵਾਰਸ ਪੰਜਾਬ ਦੇ ਆ ਗਏ ਦਿੱਲੀਏ ਤੇਰੀ ਧੌਣੀ ਉੱਤੇ ਗੋਡਾ ਤਾਰ ਹੱਕ ਲੈਣ ਨੂੰ ਯਾਰ ਬਹੁਤ ਪਿਆਰਾ ਸੌਂਗ ਬਾਈ ਨੇ ਲਿਖਿਆ ਯਾਰ ਦੀਪ ਲਿਹਾਲ ਬਾਈ ਨੇ ਮਤਲਬ ਸੱਚੀ ਯਾਰ ਲਿਖਤ ਬਹੁਤ ਘੈਂਟ ਆ ਬਾਈ ਦੀ ਅਤੇ ਬਾਕੀ ਜਿੱਦਾਂ ਖਜਾਲਾ ਬਾਈ ਆਪਣੇ ਗਾਣੇ ਲਿਖਦੇ ਨਾ ਉਸ ਟਾਈਪ ਦਾ ਗਾਣਾ ਲਿਖਿਆ ਬਾਈ ਨੇ ਕਿਉਂਕਿ ਖਜਾਲੇ ਬਾਈ ਦੇ ਆਪਾਂ ਗਾਣੇ ਸੁਣਦੇ ਹੀ ਹਾਂ ਜਦੋਂ ਵੀ ਖਜਾਲਾ ਬਾਈ ਬਹੁਤ ਸਮੇਂ ਬਾਅਦ ਗਾਲਾ ਕੱਢਦਾ ਮਗਰ ਉਹੀ ਚੀਜ਼ ਆਪਣੇ ਦੀਪ ਬਾਈ ਨੇ ਕੱਢੀ ਆ ਅਤੇ ਸਪੋਰਟ ਕਰੋ ਜਾ ਕੇ ਜ਼ਰੂਰ ਸੁਣੋ ਗਾਣਾ ਯਾਰ ਮੈਨੂੰ ਸੱਚੀ ਜਿੰਨਾ ਗਾਣਾ ਸੁਣਦੇ ਹਾਂ ਪਰ ਲੇਟ ਕਰਦੇ ਹਾਂ ਇਹ ਚੀਜ਼ ਨੂੰ ਕਿਉਂਕਿ ਆਪਣੇ ਸਾਹਮਣੇ ਇਹ ਚੀਜ਼ਾਂ ਹੋਈਆਂ ਬੀਤੀਆਂ ਦੀਪ ਸਿੱਧੂ ਆਪਣੇ ਬਾਈ ਸਾਹਮਣੇ ਚੱਲ ਗਿਆ ਹੈ ਨਾ ਅਤੇ ਆਪਣੇ ਸਾਹਮਣੇ ਹੀ ਅੰਮ੍ਰਿਤਪਾਲ ਦੀ ਗ੍ਰਿਫਤਾਰੀ ਹੋਈ ਬਾਈ ਦੀ ਅਤੇ ਉਹ ਚੀਜ਼ਾਂ ਆਪਾਂ ਦੇਖੀਆਂ ਵਾਂ ਤਾਂ ਆਪਾਂ ਨੂੰ ਸੌਂਗ ਐਂ ਲੱਗਦਾ ਰਿਲੇਟ ਕਰਦਾ ਆਪਣੇ ਨਾਲ ਕਿਤੇ ਨਾ ਕਿਤੇ ਇਹ ਚੀਜ਼ਾਂ ਪੰਜਾਬ ਦੇ ਆ ਗਏ ਦਿੱਲੀਏ ਤੇਰੀ ਧੌਣੀ ਉੱਤੇ ਗੋਡਾ ਤਾਰ ਹੱਕ ਲੈਣ ਨੂੰ ਹੋ ਕਹਿੰਦੇ ਮਰਵਾਦੂ ਗਾਏ ਪੁੱਤ ਮਾਵਾਂ ਦੇ ਗੱਲਾਂ ਤੱਤੀਆਂ ਨੂੰ ਸੁਣ ਸੁਣ ਡਰੀ ਜਾਂਦੇ ਆ ਕਹਿੰਦਾ ਘਾਟਾ ਕੀ ਜੇ ਗੁਰੂ ਨਾਵੇਂ ਸਿਰ ਵਾਰ ਗਏ ਉਂਝ ਵੀ ਤਾਂ ਨਸ਼ੇ ਆਣਾ ਮਰੀ ਜਾਂਦੇ ਆ ਕੀ ਬਾਤ ਹੈ ਕੀ ਸਹੀ ਗੱਲ ਆ ਯਾਰ ਕਹਿੰਦੇ ਜੇ ਗੁਰੂ ਦੇ ਲੇਖੇ ਹੀ ਸਿਰ ਲੱਗ ਗਿਆ ਤੇ ਕੀ ਘਾਟਾ ਪੈ ਚੱਲਿਆ ਉੱਦਾਂ ਵੀ ਤਾਂ ਨਸ਼ੇ ਖਾ ਕੇ ਮਰੀ ਜਾਂਦੇ ਉਹ ਥੋੜ੍ਹੇ ਦਿਨ ਹੋ ਗਿਆ ਆਪਾਂ ਕਿਸੇ ਨੇ ਜੇ ਮੈਨੂੰ ਵੀਡੀਓ ਮਿਲ ਗਈ ਮੈਂ ਲਾ ਦੂੰਗੀ ਨਹੀਂ ਤੁਸੀਂ ਦੇਖੀ ਹੋਣੀ ਆ ਉਹ ਮਹਾਂ 12 ਜਾਂ 15 ਸਾਲਾਂ ਦਾ ਮੁੰਡਾ ਵਾ ਜਿਹੜਾ ਟੀਕਾ ਲਾ ਰਿਹਾ ਖਲੋ ਕੇ ਗਲੀ ਦੇ ਵਿੱਚ ਸੋਚੋ ਆਪਣੀ ਜਵਾਨੀ ਕਿੱਧਰ ਜਾ ਰਹੀ ਆ ਅਤੇ ਜੇ ਭਾਈ ਅੰਮ੍ਰਿਤਪਾਲ ਸਿੰਘ ਜੀ ਨਸ਼ੇ ਨੂੰ ਹੀ ਰੋਕਣ ਵਾਸਤੇ ਕਿੰਨੇ ਅੰਮ੍ਰਿਤਧਾਰੀ ਹੋ ਗਏ ਜਿਹੜੇ ਨਸ਼ੇ ਕਰਦੇ ਅਤੇ ਉਹਨੂੰ ਰੋਕਣ ਵਾਸਤੇ ਕੀ ਕੀਤਾ ਗਿਆ ਆਪਾਂ ਨੂੰ ਸਭ ਨੂੰ ਪਤਾ ਹੀ ਆ ਝੂਠੇ ਜੇ ਪਵਾਈ ਤੁਸੀਂ ਜਾਂਦੇ ਪਰਚੇ ਪੰਜਾਬੋ ਬਾਹਰ ਜੇਲਾਂ ਵਿੱਚ ਡੱਕ ਲੈਣ ਨੂੰ ਉਹ ਵਾਰਸ
बस पंजाब दे आगे दिलिये तेरी तौनी उत्ते गोडा तार हक लैण नू ओ वारस पंजाब दे आगे दिलिये तेरी तौनी उत्ते गोडा तार हक लैण नू सोदे दीप रहने लग दे ना कीतिया बेअद बियो गड्डी चाड़ने ना सुटे आया अग च पंजाब मेरे नू उस अग विच ओह सारे नेता साड़ने बन सिरी दस तारा तुरे नंदपुर नू ओ गुरु दियां खुशियां ए लख लैण नू ओ वारस पंजाब दे आगे दिलिये तेरी तौनी उत्ते गोडा तार हक लैण नू ओ वारस पंजाब दे आगे दिलिये तेरी तौनी उत्ते गोडा तार हक लैण नू। ये सीगा जी सोंग बहुत ही प्यारा अपने दीप लिहाल भाई दा ते वारस पंजाब दे। इस सोंग दे च बाई ने जो गल्लां कीतियां वो किते ना किते बहुत ज़्यादा अपने दिल नू एक वो चीज़ नू महसूस कराउंदियां कि जो चल रहा वा या जो हो चुकिया वा, है ना, जिद्दां भी पंजाब दे च थोड़े दिन पहलों हालात रहे आ, ते वो चीज़ां वेख के ये चीज़ सुण नू महसूस हुंदी आ कि यार सच्ची दिल ऐ भरे फिरदे आ पंजाब वालियां दे। बाकी उही गल हो जांदी कि सरकार जो मर्जी कहिंदी रहे किसे दे दिल च अंदर वड़ के नहीं देखदे कि चल रहा, अपने आप दियां तरीफां आप ही कर लैणियां, वो गल मियां मिठू बन दियां सरकारां। ते बाकी बहुत प्यारा बाई ने सोंग लिखिया, बहुत सोहनी, क्योंकि आपां खजाले बाई दे सोंग दे उत्ते रिएक्शन करदे रहिंदे आ, होर भी जदों इदां दा कोई सोंग आउंदा उत्ते रिएक्शन करदे आ, ते इह चीज़ां नूं आपां ज़्यादा रिलेट करदे आ। ते बाकी तुसीं दस्सो तुहानूं इह बाई दा सोंग किदां दा लगा, चैकआउट जरूर करो, लिंक डिस्क्रिप्शन में हैगा वा, जाके चैनल सबसक्राइब करो, सपोर्ट करो बाई होर भी इदां दे गाने लैके आ सके, आपां नूं वधिया तों वधिया चीज़ सुणन नूं मिले, क्योंकि चंगी चीज़ सुणन नूं किते किते मिलदी आ, ते दूजे गाने ते आपां सुणदे ही रहिंदे आ, जदों इदां दी चीज़ कोई आउंदी उहनूं जरूर सपोर्ट करिया करो, सुणिया करो, अपने ग्रुपां दे शेयर करिया करो। ते बाकी तुसीं दस्सो तुहानूं इह सोंग किदां लगा, वधिया लगा तो लाइक कमेंट शेयर जरूर कर दिओ। बाकी मिलदे आ जल्दी ही नैक्सट वीडियो 'च, सति श्री अकाल, बाय बाय।